ਕੱਲ੍ਹ ਸਾਡੇ ਘਰ ਮੇਰੀ ਵਾਈਫ ਦੀ ਨਾ ਸਹੇਲੀ ਆਈ, ਉਹ ਬੜੀ ਕਿਊਟ ਜੀ ਆ। ਅਸੀਂ ਤਿੰਨੇ ਡਰਾਇੰਗ ਰੂਮ 'ਚ ਬੈਠੇ ਗੱਲਾਂ ਬਾਤਾਂ ਡਏ ਕਰਨ, ਕੁੱਕਰ ਨੇ 5-7 ਸੀਟੀਆਂ ਮਾਰੀਆਂ ਰਸੋਈ 'ਚੋਂ। ਮੈਂ ਹਾਰ ਕੇ ਘਰਦੀ ਨੂੰ ਕਿਹਾ, ਮੈਂ ਤੂੰ ਇੰਨਾ ਚਿਰ ਹੋ ਗਿਆ ਦਾਲ ਚੜ੍ਹਾਈ ਆ, ਤੂੰ ਇੱਥੇ ਬੈਠੀ ਗੱਲਾਂ ਕਰਨ ਡਈ ਆ, ਜਾ ਵੇਖ ਜਾ ਕੇ ਦਾਲ ਸੜੀ ਨਾ ਜਾਏ ਕਿਤੇ। ਮੈਨੂੰ ਆਂਦੀ ਦਾਲ ਸੜਦੀ ਹੈ ਤਾਂ ਸੜ ਜੇ, ਤੇਰੀ ਦਾਲ ਨਹੀਂ ਮੈਂ ਗਲ ਦਿੰਦੀ। ਅੱਜ ਮੇਰੀ ਵਾਈਫ ਸਵੇਰੇ ਸਵੇਰੇ ਤਿਆਰ ਹੋਣ ਡਈ ਸੀ, ਸ਼ੀਸ਼ੇ ਅੱਗੇ ਬੈਠੀ ਅਤੇ ਮੈਨੂੰ ਕਹਿੰਦੀ, ਮੈਂ ਜ਼ਿਆਦਾ ਮੋਟੀ ਤਾਂ ਨਹੀਂ ਲੱਗਦੀ? ਕਲੇਸ਼ ਤੋਂ ਡਰਦੇ ਮਾਰਿਆ ਮੈਂ ਕਿਹਾ, ਨਾ ਨਾ ਬਿਲਕੁਲ ਨਹੀਂ। ਆਂਦੀ ਚਲੋ ਫਿਰ ਮੈਨੂੰ ਨਾ ਫਰਿੱਜ ਤੱਕ ਚੁੱਕ ਕੇ ਖੜੋ, ਮੈਂ ਆਈਸਕ੍ਰੀਮ ਖਾਣੀ ਆ। ਹਾਲਾਤ ਬੇਕਾਬੂ ਹੁੰਦੇ ਵੇਖ ਕੇ ਮੈਂ ਕਿਹਾ, ਮੈਂ ਤੂੰ ਇੱਥੇ ਬਾਹ, ਮੈਂ ਫਰਿੱਜ ਹੀ ਚੁੱਕ ਲਿਆਉਂਦਾ ਵਾਂ। ਮੈਂ ਇੱਕ ਦਿਨ ਵਕੀਲ ਹੋ ਗਿਆ। ਮੈਂ ਵਕੀਲ ਸਾਹਿਬ, ਜੇ ਮੈਂ ਸਰਕਾਰੀ ਠੇਕੇ ਤੋਂ ਦਾਰੂ ਲੈ ਕੇ ਪੀਵਾਂ ਅਤੇ ਮੇਰੀ ਜਨਾਨੀ ਮੈਨੂੰ ਰੋਕੇ, ਤਾਂ ਕੀ ਮੈਂ ਉਹਨੂੰ ਸਰਕਾਰੀ ਕੰਮ 'ਚ ਵਿਘਨ ਪਾਉਣ ਦੇ ਕੇਸ ਵਿੱਚ ਅੰਦਰ ਕਰਵਾ ਸਕਦਾ? ਵਕੀਲ ਕੁਰਸੀ ਤੋਂ ਉੱਠ ਕੇ ਖੜ੍ਹਾ ਹੋ ਗਿਆ, ਮੈਨੂੰ ਘੁੱਟ ਕੇ ਜੱਫੀ ਪਾਈ। ਮੈਨੂੰ ਆਉਂਦਾ, ਕਿੱਥੋਂ ਇਹੋ ਜਿਹੀਆਂ ਸਲਾਹਾਂ ਲੈ ਆਉਂਦੇ ਹੋ, ਪਹਿਲੀ ਕਾਰਵਾਈ ਮੈਂ ਕਰਾਂਗਾ। ਸਾਡਾ ਗੁਆਂਢੀ ਹੈ ਇੱਕ ਤਾਰਾ ਸਿੰਘ, ਉਹ ਕੱਲ੍ਹ ਬੈਂਕ 'ਚੋਂ ਪੈਸੇ ਕਢਾਉਣ ਗਿਆ, ਕੈਸ਼ੀਅਰਾਂ ਦਾ ਪੈਸੇ ਹੈ ਨਹੀਂ। ਆਉਂਦਾ, ਸਾਲਿਓ ਹੋਰ ਪਾਓ ਮੋਦੀ ਨੂੰ ਆਪਣੇ ਪਿਓ ਨੂੰ ਵੋਟਾਂ, ਹੁਣ ਬੈਂਕਾਂ 'ਚ ਪੈਸੇ ਹੈ ਨਹੀਂ ਆ, ਕੱਲ੍ਹ ਨੂੰ ਤੁਹਾਡੇ ਘਰਾਂ 'ਚ ਵੀ ਨਹੀਂ ਰਹਿਣੇ। ਕੈਸ਼ੀਅਰ ਨੇ ਜਾਲੀ ਥਾਣੀ ਕੱਢੀ ਬਾਂਹ ਅਤੇ ਉਹਦੀ ਧੌਣ ਫੁੜ ਕੇ ਆਉਂਦਾ, ਸਾਲਿਆ ਪੈਸੇ ਤੇਰੇ ਖਾਤੇ 'ਚ ਨਹੀਂ। ਕੱਲ੍ਹ ਸਾਡੇ ਅੱਡੇ 'ਚ ਬੋਰਡ ਲੱਗਾ ਸੀ ਵੀ 100 ਰੁਪਏ 'ਚ ਪ੍ਰਧਾਨ ਮੰਤਰੀ ਬਣਨਾ ਸਿੱਖੋ। ਮੈਂ ਬੜਾ ਖੁਸ਼ ਹੋਇਆ, ਮੈਂ ਆਹ ਮੌਕਾ ਵਧੀਆ। ਮੈਂ ਅੰਦਰ ਗਿਆ ਅਤੇ ਸਾਲੇ ਚਾਹ ਬਣਾਉਣੀ ਸਿਖਾਉਣ ਡੇ। ਅੱਜ ਸਾਡੀ ਗੁਆਂਢਣ ਸਾਡੇ ਘਰ ਆਈ ਅਤੇ ਉਹਨੇ ਆ ਕੇ ਜੀਓ ਦੇ ਕਸਟਮਰ ਕੇਅਰ ਵਾਲੇ ਨੂੰ ਫੋਨ ਲਾ ਲਿਆ। ਮੈਨੂੰ ਆਉਂਦੀ, ਮੇਰਾ ਨੈੱਟ ਨਹੀਂ ਚੱਲਣ ਡਿਆ 3 ਘੰਟਿਆਂ ਤੋਂ, ਮੈਂ ਪੁੱਛਣਾ ਇਹਨਾਂ ਨੂੰ। ਮੈਂ ਜੀ ਪੁੱਛ ਲਓ। ਉਹ ਆਉਂਦੀ ਵੀ ਮੇਰਾ ਨੈੱਟ ਕਿਉਂ ਨਹੀਂ ਚੱਲਣ ਡਿਆ 3 ਘੰਟਿਆਂ ਤੋਂ? ਉਹਨੇ ਆਪਣਾ ਸਪੀਕਰ ਔਨ ਕੀਤਾ ਸੀ। ਅੱਗੋਂ ਕਸਟਮਰ ਕੇਅਰ ਵਾਲੇ ਨੇ ਦਿਲ ਨੂੰ ਛੂਹਣ ਵਾਲੀ ਗੱਲ ਕਹੀ, ਆਉਂਦਾ, ਭੈਣ ਜੀ ਜੇ ਨੈੱਟ ਨਹੀਂ ਚੱਲਣ ਡਿਆ ਤਾਂ ਉਨੀ ਦੇਰ ਕੋਈ ਘਰ ਦਾ ਕੰਮ ਕਰ ਲਓ। ਮੈਂ ਅਤੇ ਮੇਰੀ ਵਾਈਫ ਬਾਜ਼ਾਰ ਜਾਣ ਡੇ ਹਾਂ, ਮੈਂ ਆਪਣੀ ਵਾਈਫ ਦਾ ਹੱਥ ਫੜਿਆ ਹੋਇਆ ਸੀ। ਅੱਗੋਂ ਮੇਰਾ ਇੱਕ ਫਰੈਂਡ ਮਿਲ ਗਿਆ, ਕਹਿੰਦਾ, ਬੱਲੇ ਇੰਨੇ ਸਾਲਾਂ ਬਾਅਦ ਵੀ ਇੰਨਾ ਪਿਆਰ? ਉਹ ਮੈਂ, ਭਰਾਵਾ ਕਿਹੜਾ ਪਿਆਰ, ਹੱਥ ਛੱਡੋ ਅਤੇ ਦੁਕਾਨ 'ਚ ਵੜ ਜਾਂਦੀ ਹੈ।